ਸੋ ਇਹ 3.1 ਹੈ, ਉਸ ਦਾ ਕੁਐਸਚਨ ਨੰਬਰ ਫਸਟ ਹੈ, ਉਸ ਦਾ ਗ੍ਰਾਫ ਜਾਂ ਅਲੇਖ ਜਿਹੜਾ ਕਿਸ ਤਰ੍ਹਾਂ ਖਿੱਚਣਾ ਹੈ। ਸਾਡੇ ਕੋਲ ਦੋ ਸਮੀਕਰਨਾਂ ਸਨ, ਪਹਿਲੀ ਇਹ ਵਾਲੀ ਸੀ, ਦੂਸਰੀ ਸਾਡੇ ਕੋਲ ਇਹ ਸੀ। ਸਾਡੇ ਕੋਲ ਦੋ ਕੁਐਸਚਨ ਨੇ। ਸਾਡੇ ਕੋਲ ਸਭ ਤੋਂ ਪਹਿਲਾਂ ਅਸੀਂ ਇਸ ਵਿੱਚ ਐਕਸ ਦੀ ਵੈਲਿਊ ਨੂੰ ਕੀ ਮੰਨਦੇ ਹਾਂ, ਜ਼ੀਰੋ ਮੰਨਦੇ ਹਾਂ। ਫਿਰ ਅਸੀਂ ਐਕਸ ਦੀ ਵੈਲਿਊ ਨੂੰ ਇਸ ਵਿੱਚ ਪੁੱਟ ਕਰਦੇ ਹਾਂ, ਜਦੋਂ ਭਰਨ 'ਤੇ ਸਾਡੇ ਕੋਲ ਕੀ ਆਉਂਦਾ ਹੈ, ਜ਼ੀਰੋ ਮਾਈਨਸ 7y ਬਰਾਬਰ ਮਾਈਨਸ 42। ਸਾਡੇ ਕੋਲ ਕੀ ਬਚਦਾ ਹੈ, ਮਾਈਨਸ 7y ਬਰਾਬਰ ਮਾਈਨਸ 42, ਕਿਉਂਕਿ ਜ਼ੀਰੋ ਹੈ, ਜ਼ੀਰੋ ਤਾਂ ਸਾਡੇ ਕੋਲ ਕੈਂਸਲ ਗਿਆ। ਨਹੀਂ ਤਾਂ ਅਸੀਂ ਹੋਰ ਤਰ੍ਹਾਂ ਜੇਕਰ ਗੱਲ ਕਰੀਏ ਤਾਂ ਇਹ ਜਿਹੜਾ ਜ਼ੀਰੋ ਸੀ ਸਾਡੇ ਕੋਲ, ਇੱਧਰ ਜਾ ਕੇ ਸਾਡੇ ਕੋਲ ਹੋ ਗਿਆ ਮਾਈਨਸ, ਇਹ ਹੈਗਾ ਮਾਈਨਸ 7y ਬਰਾਬਰ ਮਾਈਨਸ ਕੀ ਰਹਿ ਜਾਏਗਾ, 42। ਦੇਖੋ ਮਾਈਨਸ ਦੋਵਾਂ ਪਾਸੇ ਮਾਈਨਸ ਨੇ, ਜਿਹੜਾ ਮਾਈਨਸ ਉਹ ਕੈਂਸਲ ਹੋ ਗਿਆ। ਹੁਣ ਕਿਸੇ ਕਿਹਾ ਸਾਡੇ ਕੋਲ 7y ਬਰਾਬਰ 42, ਇਹ ਕੀ ਹੋਇਆ ਸਾਡੇ ਕੋਲ ਕਿ 7 6 42, ਅਤੇ y ਕਿੰਨਾ ਆ ਗਿਆ ਸਾਡੇ ਕੋਲ, 6 ਆ ਜਾਂਦਾ ਹੈ। ਫਿਰ ਅਸੀਂ ਲੈਂਦੇ ਹਾਂ x ਬਰਾਬਰ 2 ਲੈ ਲੈਂਦੇ ਹਾਂ। ਜਦੋਂ x 2 ਲੈਂਦੇ ਹਾਂ, ਅਸੀਂ ਕਿਸ ਤਰ੍ਹਾਂ ਵੀ ਲੈ ਸਕਦੇ ਹਾਂ, 0 1 3 ਵੀ ਲੈ ਸਕਦੇ ਹਾਂ, 0 2 4 ਵੀ ਲੈ ਸਕਦੇ ਹਾਂ, ਮਤਲਬ ਕਿ ਇੱਕੋ ਜਿਹੇ ਅਸੀਂ ਜਿਹੜਾ ਫਰਕ ਛੱਡ ਕੇ ਹੀ ਜਿਹੜਾ ਸੰਖਿਆ ਲੈਣੀ ਹੈ। ਸਾਡੇ ਕੋਲ ਬਣਦਾ 2 - 7y ਬਰਾਬਰ ਮਾਈਨਸ 42। ਸਾਡੇ ਕੋਲ ਬਣਦਾ ਹੈ ਮਾਈਨਸ 7y ਬਰਾਬਰ ਮਾਈਨਸ 42 ਮਾਈਨਸ 2, ਮਾਈਨਸ 7y ਬਰਾਬਰ ਆ ਗਿਆ ਮਾਈਨਸ 44। ਹੁਣ ਮਾਈਨਸ ਨਾਲ ਮਾਈਨਸ ਕੱਟਿਆ ਗਿਆ ਸਾਡੇ ਕੋਲ, ਅਸੀਂ ਕਰਦੇ ਹਾਂ y ਬਰਾਬਰ 44/7। ਹੁਣ ਇਸਨੂੰ ਜਦੋਂ ਅਸੀਂ ਕਟਿੰਗ ਕਰਦੇ ਹਾਂ ਜਾਂ 44 ਨੂੰ 7 ਨਾਲ ਵੰਡਦੇ ਹਾਂ, ਹੈਗਾ 7 6 42। ਦੇਖੋ 2 ਬਚ ਗਿਆ ਸਾਡੇ ਕੋਲ, ਕਿੰਨਾ ਬਣੇਗਾ, 2 ਦੇ ਨਾਲ 0 ਲੱਗੇਗੀ, 20 ਬਣ ਜਾਏਗਾ। ਜਦੋਂ 0 ਲੱਗੇਗੀ ਸਾਡੇ ਕੋਲ ਆ ਗਿਆ ਪੁਆਇੰਟ, ਮਤਲਬ ਕਿ ਅਸੀਂ ਕੀ ਕਹਿੰਦੇ ਪਏ ਹਾਂ, ਦੇਖੋ 44 - 7 6 42 2 ਬਚੇ। ਫਿਰ ਅਸੀਂ ਜਦੋਂ 0 ਲਗਾਉਂਦੇ ਹਾਂ ਕੋਲੋਂ, ਇੱਥੇ ਪੁਆਇੰਟ ਲੱਗੇਗਾ 0, 7 2 14, ਫਿਰ 6 ਲੱਗਾ, ਫਿਰ 0 ਲੱਗੀ, ਫਿਰ ਆ ਗਿਆ ਸਾਡੇ ਕੋਲ 7 8 56। ਸਾਡੇ ਕੋਲ ਇਹ ਬਣਦਾ ਹੈ, ਮਤਲਬ ਕਿ ਅੱਗੇ ਤੋਂ ਅੱਗੇ ਜਿਹੜਾ ਆਂਸਰ ਚੱਲ ਰਿਹਾ ਹੈ ਸਾਡੇ ਕੋਲ, ਜੇ ਕੋਲ 6.28 ਅੱਗੇ ਚੱਲ ਰਿਹਾ ਹੈ। ਇਸ ਨੂੰ ਅਸੀਂ ਜਿਹੜੇ 2 ਆਇਆ ਹੈ ਸਾਡੇ ਕੋਲ, ਇਸ ਨੂੰ ਅਸੀਂ ਇੱਕ ਨੰਬਰ ਜਿਹੜਾ ਹੋਰ ਵਧਾ ਦਾਂਗੇ, 6.3 ਕਰ ਦਾਂਗੇ। ਫਿਰ ਜਿਹੜਾ ਸਾਡੇ ਕੋਲ ਐਕਸ ਹੁਣ ਆਉਂਦਾ ਹੈ, ਐਕਸ ਬਰਾਬਰ ਅਸੀਂ ਲੈਂਦੇ ਹਾਂ 4। ਜਦੋਂ ਐਕਸ 4 ਲਿਆ, ਸਾਡੇ ਕੋਲ ਆ ਗਿਆ ਐਕਸ ਮਾਈਨਸ 7y, ਐਕਸ ਜਗ੍ਹਾ 'ਤੇ ਆ ਗਿਆ 4 ਮਾਈਨਸ 7y ਬਰਾਬਰ ਮਾਈਨਸ 42। ਇਹ ਆ ਗਿਆ ਮਾਈਨਸ 7y ਬਰਾਬਰ ਆ ਗਿਆ ਮਾਈਨਸ 42 ਮਾਈਨਸ 4, ਮਾਈਨਸ 7y ਬਰਾਬਰ ਆ ਗਿਆ ਮਾਈਨਸ 'ਤੇ 46। ਮਾਈਨਸ ਨਾਲ ਮਾਈਨਸ ਕੱਟਿਆ ਗਿਆ, ਹੁਣ ਦੇਖਦੇ ਹਾਂ y ਬਰਾਬਰ ਆ ਗਿਆ ਸਾਡੇ ਕੋਲ 46/7। ਹੁਣ ਇਸ ਨੂੰ ਅਸੀਂ ਕਰਦੇ ਹਾਂ 46/7 ਕਰਦੇ 7 ਨਾਲ, 7 6 42, 4 ਬਚਦਾ ਸਾਡੇ ਕੋਲ 0, 7 5 35 ਪੁਆਇੰਟ ਲੱਗੇਗਾ ਸਾਡੇ ਕੋਲ, ਕਿਉਂਕਿ 0 ਆਪਾਂ ਆਪਣੇ ਕੋਲੋਂ ਲਗਾਈਏ, 7 5 35, ਫਿਰ 5 0, ਫਿਰ 7 7 ਸਾਡੇ ਕੋਲ 49 ਆਏਗਾ। ਇਸ ਲਈ ਇਸਨੂੰ ਅਸੀਂ ਲਿਖ ਦਿੰਦੇ ਹਾਂ ਕੱਟ ਕੇ 6.57। ਇਸ ਤਰ੍ਹਾਂ ਸਾਡੇ ਕੋਲ ਜਿਹੜੀ ਇਕੁਏਸ਼ਨ ਫਸਟ ਹੈ, ਉਸਦਾ ਸਾਡੇ ਕੋਲ ਇੱਕ ਜਿਹੜਾ ਟੇਬਲ ਕੀ ਬਣ ਜਾਂਦਾ ਹੈ, ਅਸੀਂ ਦੇਖਦੇ ਹਾਂ। ਇਹ ਅਸੀਂ ਲਿਖਿਆ ਐਕਸ, ਇਹ ਅਸੀਂ ਲਿਖਿਆ ਵਾਈ। ਐਕਸ ਅਸੀਂ ਲਿਖਿਆ 0 2 ਅਤੇ 4, ਜਦੋਂ ਐਕਸ 0 ਸੀ ਵਾਈ ਕਿੰਨਾ 6, ਜਦੋਂ ਐਕਸ 2 ਸੀ ਵਾਈ ਕਿੰਨਾ ਸੀ 6.3, ਜਦੋਂ ਐਕਸ 4 ਆਇਆ ਵਾਈ ਕਿੰਨਾ ਆਇਆ 6.3। ਸਾਡੇ ਕੋਲ 5 7 ਸੀ ਅੱਗੇ ਆਂਸਰ ਚੱਲ ਰਿਹਾ ਸੀ, ਇਸ ਨੂੰ ਅਸੀਂ ਕਰ ਦਾਂਗੇ 6.6। ਹੁਣ ਅਸੀਂ ਆਪਣੀ ਕੁਐਸਚਨ ਜਿਹੜੀ ਸੈਕਿੰਡ ਹੈ ਉਸ ਵੱਲ ਆਉਂਦੇ ਹਾਂ। ਐਕਸ ਨੂੰ ਅਸੀਂ ਫਿਰ ਇਸ ਤਰ੍ਹਾਂ 0 ਰੱਖਦੇ ਹਾਂ, ਇਹ ਸਾਡੇ ਕੋਲ ਆਉਂਦਾ ਹੈ ਮਾਈਨਸ 3y ਬਰਾਬਰ ਆ ਗਿਆ 6। ਦੇਖੋ ਐਕਸ 0 ਹੀ ਸਾਡੇ ਕੋਲ ਕੱਟਿਆ ਗਿਆ, ਹੁਣ ਅਸੀਂ ਕਰਦੇ ਹਾਂ ਮਾਈਨਸ ਵਾਈ ਬਰਾਬਰ 6/3, ਕਿਉਂਕਿ ਜਦੋਂ ਸੰਖਿਆ ਸਾਡੇ ਕੋਲ ਗੁਣਾ 'ਚ ਪਈ ਹੋਈ ਤਾਂ ਸਾਡੇ ਕੋਲ ਕੀ ਹੋ ਜਾਂਦੀ, ਬਰਾਬਰ ਦੇ ਦੂਜੇ ਪਾਸੇ ਭਾਗ ਹੋ ਜਾਂਦੀ ਹੈ। ਇਹ ਕੀ ਆ ਗਿਆ 3 2 6, ਮਾਈਨਸ ਵਾਈ ਬਰਾਬਰ 2, ਜਿਹੜਾ ਵਾਈ ਮਾਈਨਸ ਹੈ ਸਾਡੇ ਕੋਲ ਕਿੱਧਰ ਚੱਲ ਜਾਏਗਾ, ਸੰਖਿਆ ਦੇ ਨਾਲ, ਇਹ ਸਾਡੇ ਕੋਲ ਆ ਗਿਆ ਵਾਈ ਬਰਾਬਰ ਮਾਈਨਸ 2। ਇਸਦਾ ਜਿਹੜਾ ਸਾਡੇ ਕੋਲ ਟੇਬਲ ਬਣਦਾ ਹੈ ਉਹ ਕੀ ਬਣੇਗਾ ਸਾਡੇ ਕੋਲ, ਦੇਖੋ ਐਕਸ ਅਤੇ ਵਾਈ, ਐਕਸ 0 ਵਾਈ ਕਿੰਨਾ ਆਇਆ ਮਾਈਨਸ 2। ਹੁਣ ਫਿਰ ਐਕਸ 2 ਲਿਆ ਸੀ ਅਸੀਂ ਇਸ ਸਾਈਡ 'ਤੇ, ਜੋ ਪੁਆਇੰਟ ਅਸੀਂ ਇਸ ਸਾਈਡ 'ਤੇ ਲਏ ਹਨ ਉਹ ਹੀ ਪੁਆਇੰਟ ਅਸੀਂ ਦੂਜੀ ਸਮੀਕਰਨ ਵਿੱਚ ਲੈਣੇ ਹਨ। ਹੁਣ ਐਕਸ ਲੈਂਦੇ ਹਾਂ ਅਸੀਂ 2, ਹੁਣ 2 ਇੱਥੇ ਅਸੀਂ ਭਰਦੇ ਹਾਂ, 2 - 3y ਬਰਾਬਰ 6, ਦੇਖੋ 2 - 3y ਬਰਾਬਰ 6।
हुण की किया असी माइनस 3/6 माइनस 2 हो गया प्लस का इधर जाके हो गया माइनस या गया माइनस 3/y बराबर आ गया 4 अड्डे को आएगा वाई बराबर माइनस 4/3 कट के किना आ जाएगा साढ़े को 1.10 बनेगा फिर 3 3 3 आई जाएगा उसमें अं कर दें 1.4 जरा असी लगा देंगे फिर आता साढ़े को एक्स बराबर 4 फिर असी करते हाँ 4 - 3y बराबर 6 ये आ गया -3y बराबर 6 -4 - 3y बराबर 2 आ गया हूँ आ गया साढ़े को वाई बराबर -2/3 हूँ 2 नूं असी 3 नाल जिहड़ा भाग करते हाँ देखो किन्ना आता है 2 छोटा है 3 तो असी लगाने 0 जो 0 लगाए साढ़े को आ गया 0.3 6 18 फिर साढ़े को आ गया माइनस करके 2 0 फिर किन्ना आएगा 3 6 18 साढ़े को इस तरह ही चली जाएगा ठीक है इसलिए साढ़े को आंसर की है जी कट के वाई बराबर 0. असी कर देंगे 7 देखो इतने नाल की माइनस लगा हुआ सी साढ़े को आंसर कहाँ च आ गया माइनस च आ गया हुण की हो गया एक्स 2 आ वाई बराबर किन्ना आता है 1.4 माइनस का 1.4 एक्स साढ़े को किन्ना है 4 वाई किन्ना है -0.7 ये साढ़े को आता है 0.7 आता है माइनस का हम असं इस देखते कि असी ग्राफ पेपर से इसको किस तरह बनाना है असं देखते कि असी ग्राफ जो किस तरह बनाना है सब तो पहले तुम्हें करना है वेखो साढ़े को जिस बड़े जो बॉक्स दिस रहे हैं जिस तरह आ एक बॉक्स दिस रहा है इस साइड तक फिर एक बॉक्स जो दिख रहा है असी आ जो लाइनस है देखो कि आ जो साढ़े को डार्क लाइन जो दिख रही हैं इन लाइनस में असी सारियों जीडिया एक बड़े बॉक्स तो बाद आदि असी उन्होंने गिन लेना है ये लाइन साढ़े को किनिया बन दिन 21 ठीक है इस तरह ही असी नीचे वाल गिन लेना है तो नीचे वाल गिणते हाँ तो साढ़े को जड़िया लाइन किनिया बन दया 27 लाइनस जड़िया नीचे वाल साढ़े को बन दया हूँ जी 21 लाइन बन दया असी कहना इस सिर्फ असी सेंटर वाली जी लाइन है वो लैनी है मतलब कि असी 10 लाइन एक साइड से छड़ांगे 10 लाइन दूसरे पास तो जी 11वीं लाइन होगी वह सारी सेंटर वाली लाइन जी मान लाँगे अपनी देखो 1 2 3 4 5 6 7 8 9 10 11 ये आ गई जी साढ़े को सेंटर वाली लाइन जिसनों असी एक डार्क लाइन अपनी मान के ग्राफ बनाना है इसनों असी अपना वाई धुरा जिहड़ा असी मान लैंदे हाँ ये साढ़े को जिहड़ा साडा वाई धुरा जिहड़ा वह आ जाता है सानू पता उपर वाई प्लस का तो नीचे वाई नैगेटिव हुंदा असी नीचे की रखते हैं वाई डैश जो नीचे रख लें ठीक है अपनी एक्स तो वाली जो रेखा है उसनों बनाते हैं ये साढ़े को टोटल कि 27 सी इसलिए 13 लाइन 1.5 डब्बे आ नीचे छड़ांगे 13 उपर तो जी लाइन सेंटर में साढ़े को आ जाएगी वो आ जाएगी साढ़े को 14 नंबर पर लाइन जिस तरह गिन लेना है 1 2 3 4 5 6 7 8 9 10 11 12 13 14 इसनों असी डार्क कर लेंगे इस तरह साढ़े को जो एक्स धुरा साडा तैयार हो जाता है एक्स आ जाता है तो इधर असं लिखा एक्स डैश लिखते हैं हूँ असी एक बॉक्स में अपनी एक इकाई जी मन के चलोंगे मतलब कि ये साढ़े को आ गया एक असं लिखते हैं 1 फिर साढ़े को दूसरे बॉक्स से आ जाएगा 2 ये साढ़े को आ गया 2 इसमें असं रख लिया 2 फिर साढ़े को आ गया 3 फिर साढ़े को आ जाता है 4 फिर साढ़े को आ जाता है 5 फिर साढ़े को आ जाता है 6 ग्राफ असी उत्थे तक बनाना है कि जिन्हें साढ़े को पॉइंट दिते हैं उस तो एक पॉइंट असी होर ज़्यादा रख लेना है साढ़े को 6 पॉइंट जिहड़ा कुछ पॉइंट जिहड़ा आता है असी इसलिए 7 तक जिहड़ा अपना ग्राफ बना देंगे हुण देखो कि असी ग्राफ जिहड़ा तैयार कर लिया है
ਅਸੀਂ ਸਾਰੇ ਪਾਸੇ 7x7 ਦਾ ਜਿਹੜਾ ਗ੍ਰਾਫ ਆ ਉਹ ਤਿਆਰ ਕਰ ਲਿਆ ਹੈ। ਇਹ ਸਾਡੇ ਕੋਲ ਪੁਆਇੰਟ ਆਫ ਰੀਜਨ ਜਿਸ ਨੂੰ ਅਸੀਂ ਓ ਜਾਂ ਜੀਰੋ ਮੰਨ ਕੇ ਚੱਲਦੇ ਹਾਂ, ਜਿੱਥੇ ਅਸੀਂ ਇੱਥੇ ਕੀ ਮੰਨਾਂਗੇ ਅਸੀਂ ਜੀਰੋ ਮੰਨਾਂਗੇ। ਹੁਣ ਦੇਖੋ ਸਾਨੂੰ ਪਤਾ ਕਿ ਐਕਸ ਦਾ ਇਹ ਖੱਬਾ ਪਾਸਾ ਇਸ ਅਤੇ ਸਾਡੇ ਕੋਲ ਜਿਹੜੀਆਂ ਰਿਣਾਤਮਕ ਸੰਖਿਆਵਾਂ ਘਟਾਓ ਵਾਲੀਆਂ ਸੰਖਿਆ ਬਣ ਗਈਆਂ। ਇਹ ਸਾਡੇ ਕੋਲ ਵਾਈ ਦਾ ਨੀਚੇ ਵਾਲਾ ਹਿੱਸਾ ਹੈ ਜਿੱਧਰ ਸਾਡੇ ਕੋਲ ਵਾਈ ਦੀਆਂ ਨੈਗੇਟਿਵ ਨੰਬਰਸ ਜਾਂ ਰਿਣਾਤਮਕ ਨੰਬਰ ਜਿਹੜੇ ਸਾਡੇ ਕੋਲ ਆਉਣਗੇ। ਹੁਣ ਪਹਿਲੀ ਇਕੁਏਸ਼ਨ ਹੈ ਸਾਡੇ ਕੋਲ, ਉਸ 'ਤੇ ਅਸੀਂ ਪੁਆਇੰਟ ਵੇਖਦੇ ਹਾਂ ਤਾਂ ਸਾਡੇ ਕੋਲ ਕੀ ਆਉਂਦਾ ਹੈ ਕਿ ਜਦੋਂ ਜ਼ੀਰੋ ਹੈ ਐਕਸ ਅਤੇ ਵਾਈ ਕਿੰਨਾ ਹੈ 6। ਦੇਖੋ ਇੱਥੇ ਐਕਸ ਵੀ ਜ਼ੀਰੋ ਹੁੰਦਾ ਹੈ ਅਤੇ ਵਾਈ ਵੀ ਜ਼ੀਰੋ ਹੁੰਦਾ ਹੈ ਇਸ ਜਗ੍ਹਾ 'ਤੇ, ਠੀਕ ਹੈ। ਅਤੇ ਆਹ ਜਿਹੜੀ ਐਕਸ ਵੇ ਲਾਈਨ ਹੈ ਇਸ ਦੇ ਉੱਪਰ ਸਾਡੇ ਕੋਲ ਵਾਈ ਦੇ ਸਾਰੇ ਜ਼ੀਰੋ ਜ਼ੀਰੋ ਸਾਡੇ ਕੋਲ ਹੁੰਦੇ ਹਨ ਪੁਆਇੰਟ, ਅਤੇ ਵਾਈ ਦੇ ਪੁਆਇੰਟ ਜੇਕਰ ਅਸੀਂ 1, 2, 3 ਗਿਣਨੇ ਹੈ ਤਾਂ ਉਹ ਸਾਡੇ ਕੋਲ ਇਸ ਸਾਈਡ 'ਤੇ ਹੀ ਜਿਹੜੇ ਆਉਣਗੇ। ਅਤੇ ਚਲੋ ਇੱਥੇ ਹੁਣ ਸਾਡੇ ਕੋਲ ਐਕਸ ਕਿੰਨਾ ਹੈ 0, ਵਾਈ ਕਿੰਨਾ 6। ਐਕਸ 0 ਵਾਈ 6 ਦੇਖੋ ਪਲੱਸ ਦਾ ਹੈ, ਅਸੀਂ ਉੱਪਰ ਵੱਲ ਜਾਣਾ ਹੈ। ਕਿੱਥੇ ਮਿਲਦਾ ਸਾਨੂੰ ਇਹ ਇਸ ਸਾਈਡ 'ਤੇ ਸਾਡੇ ਕੋਲ ਮਿਲਦਾ ਹੈ। ਇਹ ਪੁਆਇੰਟ ਸਾਡੇ ਕੋਲ ਮਿਲਿਆ ਇੱਕ ਜਿਸ ਨੂੰ ਅਸੀਂ ਨਾਮ ਦਿੰਦੇ ਹਾਂ। ਸਾਡੇ ਕੋਲ ਇੱਕ ਏ ਪੁਆਇੰਟ ਹੈ ਜੋ ਕਿ ਹੈ 0, ਪਹਿਲਾਂ ਐਕਸ ਵਾਲੀ ਵੈਲਿਊ ਲਿਖਾਂਗੇ ਫਿਰ ਅਸੀਂ ਵਾਈ ਵਾਲੀ ਲਿਖਦੇ ਹਾਂ 0,6। ਲੇਕਿਨ ਇਹ ਸਾਡੇ ਕੋਲ ਕੀ ਹੈ ਏ ਪੁਆਇੰਟ, ਇਹ ਸਾਡੇ ਕੋਲ ਬੀ, ਇਹ ਸੀ ਹੋ ਗਿਆ ਸਾਡੇ ਕੋਲ, ਇਸ ਤਰ੍ਹਾਂ ਸਾਡੇ ਕੋਲ ਏ ਡੀ ਈ ਅਤੇ ਐਫ ਹੋ ਜਾਂਦਾ ਹੈ, ਠੀਕ ਹੈ। ਹੁਣ ਸਾਡੇ ਕੋਲ ਇੱਕ ਪੁਆਇੰਟ ਲੱਗ ਗਿਆ, ਦੂਸਰਾ ਆਉਂਦਾ ਸਾਡੇ ਕੋਲ x2, y6.3। ਦੇਖੋ ਐਕਸ ਇਸ ਸਾਈਡ 'ਤੇ ਪੋਜ਼ਿਟਿਵ ਦਾ 2 ਸਾਡੇ ਕੋਲ ਇਹ ਮਿਲਦਾ ਹੈ, ਵਾਈ ਕਿੰਨਾ ਹੈ 6.3। ਦੇਖੋ ਇਹ ਹੈ ਸਾਡੇ ਕੋਲ 6, 6.3 ਕੇਸ ਦੇ ਵਿੱਚ। ਦੇਖੋ ਸਾਡੇ ਕੋਲ ਛੋਟੇ ਛੋਟੇ ਜਿਹੜੇ ਬਾਕਸ ਜਿਹੜੇ ਉਹ ਦਿਖ ਰਹੇ ਹੋਣਗੇ, ਧਿਆਨ ਨਾਲ ਵੇਖਣਾ ਹੈ। ਇਹ ਜੋ ਛੋਟਾ ਬੁਕਸ ਹੈ ਇਸਦੇ ਉੱਪਰ ਇੱਕ ਲਾਈਨ ਅਸੀਂ ਕਰ ਜਾਂਦੇ ਹਾਂ ਤਾਂ ਸਾਡੇ ਕੋਲ 6.1 ਹੋ ਜਾਏਗਾ, ਫਿਰ ਦੂਸਰੀ ਪੁਆਇੰਟ 'ਤੇ ਜਾਂਦੇ ਹਾਂ ਸਾਡੇ ਕੋਲ 6.2 ਹੋ ਜਾਏਗਾ, ਫਿਰ ਉੱਪਰ ਜਾਂਦੇ ਹਾਂ ਤਾਂ ਸਾਡੇ ਕੋਲ 1, 2 ਅਤੇ ਸਾਡੇ ਕੋਲ ਇੱਥੇ 6.1 ਜਿਹੜਾ 3 ਉਹ ਹੋ ਜਾਂਦਾ ਹੈ। ਆਹ ਜਿਹੜਾ ਪੁਆਇੰਟ ਅਸੀਂ ਲਗਾ ਰਹੇ ਹਾਂ ਸਾਡੇ ਕੋਲ 6.3 ਦਾ, ਫਿਰ 6.4, 5, 6.6, 6.7, 6.8, 6.9 ਅਤੇ 6.10। ਜਦੋਂ 6.10 ਹੋਊਗਾ ਤਾਂ ਸਾਡੇ ਕੋਲ ਅਗਲੀ ਜਿਹੜੀ ਵੈਲਿਊ ਆ, ਅਗਲਾ ਨੰਬਰ ਸ਼ੀਟ ਵਾ 7 ਆ ਜਾਂਦਾ ਹੈ। ਹੁਣ ਅਸੀਂ ਇਸ ਤੋਂ ਜਿਹੜਾ ਆਪਣਾ ਇੱਕ ਪੁਆਇੰਟ ਆ ਅਸੀਂ ਉਹ ਬਣਾਉਂਦੇ ਹਾਂ ਕਿ ਕਿੱਥੇ ਸਾਡੇ ਕੋਲ 2 ਲਾਈਨਾਂ ਮਿਲਦੀਆਂ ਹਨ। ਇਹ ਅਸੀਂ 2 ਤੋਂ ਉੱਪਰ ਵੱਲ ਚੱਲਦੇ ਹਾਂ ਕਿਉਂਕਿ ਸਾਡੇ ਕੋਲ 6.3 ਉੱਪਰ ਪਿਆ ਹੈ। ਫਿਰ ਅਸੀਂ ਇਸ ਸਾਈਡ 'ਤੇ ਐਕਸ ਤੁਰੇ ਵੱਲ ਜਿਹੜੀ ਲਾਈਨ ਆ ਉਹ ਲੰਬ ਜਿਹੜਾ ਖਿੱਚਦੇ ਹਾਂ। ਦੇਖੋ ਸਾਡੇ ਕੋਲ ਇਹ ਕੱਟੇ ਗਏ, ਇਹ ਸਾਡੇ ਕੋਲ ਜਿਹੜਾ ਪੁਆਇੰਟ ਆ ਉਹ ਸਾਡੇ ਕੋਲ ਆਉਂਦਾ ਹੈ ਬੀ। ਸਾਡੇ ਕੋਲ ਆ ਗਿਆ 6., ਐਕਸ ਕਿੰਨਾ ਆਇਆ ਸਾਡੇ ਕੋਲ 2 ਅਤੇ ਵਾਈ ਕਿੰਨਾ ਆ ਗਿਆ 6.3। ਫਿਰ ਦੇਖੋ 4 ਅਤੇ 6.6। ਹੁਣ 6.6 ਦੀ ਗੱਲ ਕਰੀਏ ਸਾਡੇ ਕੋਲ ਕੀ ਆ ਜਾਏਗਾ ਇੱਧਰ 4, 5, 6.6 ਸਾਡੇ ਕੋਲ ਇਸ ਜਗ੍ਹਾ 'ਤੇ ਆ ਜਾਂਦਾ ਹੈ, ਅਤੇ ਇਸ ਸਾਈਡ ਤੋਂ ਸਾਡੇ ਕੋਲ ਕੀ ਆ 4। ਇੱਥੋਂ ਅਸੀਂ ਫਿਰ ਆਪਣੀ ਕਈ ਲਾਈਨ ਆ ਉਹ ਐਕਸ ਤੋਂ ਦੇ ਵੱਲ ਵਧਾਉਂਦੇ ਹਾਂ। ਇਹ ਸਾਡੇ ਕੋਲ 6.6 ਦੀ ਲਾਈਨ, ਠੀਕ ਹੈ। ਫਿਰ ਅਸੀਂ 4 ਵਾਲੀ ਲਾਈਨ ਜਿਹੜੀ ਉੱਪਰ ਵੱਲ ਵਧਾਉਂਦੇ ਹਾਂ। ਇਹ ਅਸੀਂ ਉੱਪਰ ਵੱਲ ਲਾਈਨ ਲੈ ਗਏ, ਇਹ ਪੁਆਇੰਟ ਆਉਂਦਾ ਸਾਡੇ ਕੋਲ ਪੁਆਇੰਟ ਸੀ ਜੋ ਹੈ ਸਾਡੇ ਕੋਲ 4,6.6, ਠੀਕ ਹੈ ਜੀ। ਇਸ ਤਰ੍ਹਾਂ ਅਸੀਂ ਤਿੰਨਾਂ ਪੁਆਇੰਟਸ ਨੂੰ ਹੁਣ ਮਿਲਾ ਦਿੰਦੇ ਹਾਂ। ਦੇਖੋ ਅਸੀਂ ਇਹਨਾਂ ਤਿੰਨਾਂ ਪੁਆਇੰਟਸ ਨੂੰ ਜਿਹੜਾ ਮਿਲਾਉਂਦੇ ਹਾਂ। ਦੇਖੋ ਇਹ ਤਿੰਨੇ ਪੁਆਇੰਟ ਮਿਲ ਗਏ, ਇਹਨਾਂ ਦੀ ਲਾਈਨ ਨੂੰ ਅਸੀਂ ਜਿਹੜਾ ਅਸੀਂ ਦੋਵਾਂ ਸਿਰਿਆਂ ਵੱਲ ਵਧਾ ਦੇਣਾ ਹੈ। ਇਸ ਤਰ੍ਹਾਂ ਸਾਡੇ ਕੋਲ ਜਿਹੜੀ ਇਕੁਏਸ਼ਨ 1 ਸੀ ਉਹਦੀ ਜਿਹੜੀ ਲਾਈਨ ਹੈ ਸਾਡੇ ਕੋਲ ਇੱਕ ਤਿਆਰ ਹੋ ਜਾਂਦੀ ਹੈ। ਫਿਰ ਆਉਂਦੇ ਹਾਂ ਇਕੁਏਸ਼ਨ 2 ਦੇ ਵੱਲ ਜਿਸ ਵਿੱਚ ਐਕਸ ਸਾਡੇ ਕੋਲ 0 ਹੈ, ਵਾਈ ਕਿੰਨਾ ਹੈ -2। ਇਹ ਦੇਖੋ ਸਾਰੇ ਸਾਡੇ ਕੋਲ ਮਾਈਨਸ ਦੇ ਪੁਆਇੰਟ ਹਨ, ਹੁਣ ਅਸੀਂ ਮਾਈਨਸ ਦੇ ਵੱਲ ਪੁਆਇੰਟ ਲਗਾਵਾਂਗੇ। ਐਕਸ 0, ਵਾਈ -2। ਦੇਖੋ ਐਕਸ 0 ਹੈ ਸਾਡੇ ਕੋਲ, ਵਾਈ -2, ਮਾਈਨਸ ਵਾਲੀਆਂ ਵਾਈ ਦੀਆਂ ਵੈਲਿਊ ਸਾਨੂੰ ਪਤਾ ਨੀਚੇ ਵੱਲ ਹਨ, 0 ਅਤੇ -2 ਸਾਡੇ ਕੋਲ ਜਿਹੜਾ ਇਹ ਪੁਆਇੰਟ ਲੱਗ ਜਾਂਦਾ ਹੈ। ਇਹ ਪੁਆਇੰਟ ਸਾਡੇ ਕੋਲ ਕੀ ਆ ਜਾਂਦਾ ਹੈ, ਪੁਆਇੰਟ ਈ ਆ ਜਾਏਗਾ ਜਿਹੜਾ ਸਾਡੇ ਕੋਲ 0,-2। ਫਿਰ ਹੈ 2-1.4, ਐਕਸ ਕਿੰਨਾ ਹੈ 2, ਪੋਜ਼ਿਟਿਵ ਦਾ ਹੈ ਦੇਖੋ ਸਾਡੇ ਕੋਲ, ਵਾਈ ਕਿੰਨਾ ਹੈ 1.4। ਇਹ ਦੇਖੋ -1 ਹੈ, ਹੁਣ ਇਸ ਤੋਂ ਬਾਅਦ 4 ਛੋਟੇ ਡੱਬੇ ਜਿਹੜੇ ਸੀ ਉਹ ਗਿਣ ਲੈਣੇ ਹਨ, 1, 2, 3 ਅਤੇ 4। ਇਹ ਸਾਡੇ ਕੋਲ -1.4 ਜਿਹੜਾ ਆਉਂਦਾ ਹੈ। ਇੱਥੋਂ ਅਸੀਂ ਕਿੱਧਰ ਜਾਣਾ ਹੈ, x2 ਵੱਲ, ਜਿੱਧਰ ਐਕਸ ਸਾਡੇ ਕੋਲ 2 ਲਿਖਿਆ ਹੈ। x2 ਸਾਡੇ ਕੋਲ ਸੱਜੇ ਪਾਸੇ ਪਿਆ ਹੈ, ਪਲੱਸ ਮਾਈਨਸ ਜ਼ਰੂਰ ਦੇਖ ਲੈਣਾ ਹੈ ਧਿਆਨ ਨਾਲ। ਇਹ ਆਉਂਦਾ ਹੈ ਸਾਡੇ ਕੋਲ, ਇੱਥੋਂ ਪੁਆਇੰਟ ਅਸੀਂ ਨੀਚੇ ਵੱਲ ਲਾਈਨ ਲਗਾਉਂਦੇ ਹਾਂ 2 ਤੋਂ, ਇਹ ਸਾਡੇ ਕੋਲ ਜਿਹੜਾ ਪੁਆਇੰਟ ਆ, ਸੋਰੀ ਆਹ ਪੁਆਇੰਟ ਸਾਡੇ ਕੋਲ ਡੀ ਪੁਆਇੰਟ ਸੀਗਾ। ਇਸ ਤਰ੍ਹਾਂ ਸਾਡੇ ਕੋਲ ਈ ਪੁਆਇੰਟ
ई वाला साढ़े को ई पॉइंट आ जाता है जो है साढ़े को 2, -1.4। फिर साढ़े को है x4 y 0.7। देखो y कितना 0.7, ये साढ़े को आ जाएगा 0.5। देखो 0.5 ये पूरा डब्बा जरा 10 जोड़े नंबर साढ़े को संख्या में दर्शा रहा है। इस चेक लाइन देखो ये है तो ये है, इस जो है ये सेंटर वाली लाइन आती है, ये 0.5 वाली लाइन साढ़े को होगी। ये साढ़े को 0.5, फिर साढ़े को 6 से 7 आ साढ़े को पॉइंट लग जाता है। मिलाना कहना है असं 4 0.7। इसमें किधर बनाने एक्स धुरे के सज्जे पासे वाल, देखो जी असं इधर बताया उपर तो x4 तो लाइन असं नीचे वाल खिंचते हैं, साढ़े को वटी गई हैं दोवें लाइना जिथे इंटरसैक्ट होनगियां, साढ़े को पॉइंट आ गया एफ, तो एफ पॉइंट की आ गया साढ़े को 4,0.7। हम तिना पॉइंट्स में असं फिर मिलाने हाँ, देखो असं ये तिने पॉइंट्स जो ने आपस में मिलाते हैं, तिने पॉइंट आप मिला दते। हम असी इस लाइन में भी असी एक दूसरे वाल बढ़ा दें, इस तरह साढ़े को जो ग्राफ है एक तैयार हो जाता है। साढ़े को लाइन जी दो सी वो बन जाती है। हम देखो कि साढ़े को जो लाइना बनिया हैं, जो दो लाइनस बनिया असी ड्रॉ कीतियां हैं, एक साइड तो साढ़े को ज़्यादा खुलियां हैं, मतलब कि एक साइड तो साढ़े को जी स्पेस है दोवों के ज़्यादा है, तो दूजे पास जो दोवे साढ़े को स्पेस ज डिस्टेंस जो घट है। मतलब कि जेकर असी इस लाइन होर अगे वाल बढ़ाते जाइए ये उपर चढ़ती जाएगी, ये लाइन थोड़ा अपने स्थान पर टिकी रहेगी, ये उपर जाएगी, तो एक स्थान पर जाकर दोवें लाइना जी आपस में कट जाएगियां, इसलिए ये साढ़े को जो रेखावं बनगियां कि बनगियां साढ़े को काटवियां। देखो ग्राफ छोटा है, पॉइंट असी इस तरह ले हैं कि साढ़े को लाइना इतने कट दिया दिख नहीं रही, पर जो तुम बनाओगे उन्हें पॉइंट जोड़े ये वैल्यूज होर लोगे तो ये आपस में कट्टनगियां। किस तरह देख लें, देखो साढ़े को जड़िया इक्वेशन सी की सियाँ x-7y = -45, दूसरा साढ़े को x-3y = 6। हम देखो साढ़े को आता है कि इतने भी एक्स के नाल एक लगा हुआ है अगे, तो इधर भी एक लगा हुआ है, जो नहीं कुछ होंगे सूँ पता कि उत्थे असी 1 लेंगे हाँ। हम असी ये सूँ पता साढ़े को a1 है, 1 जिस तरह असी अपने इंट्रोडक्शन के सीख्या है, सानू पता b1 किन्ना साढ़े को -7 तो c1 किन्ना है -42। a2 इस तरह साढ़े को किन्ना 1 तो b2 साढ़े को किन्ना है -3 तो c2 साढ़े को किन्ना है 6। हम असी देखते हैं 1/1 करते हैं, तो इस साइड तो असी -7/-3 कर, देखो माइनस ना माइनस कटिया गया। हम देखो साढ़े को इधर बचिया 1/1, इधर बचिया 7/3, साढ़े को दोवें पास आंसर बराबर तो नहीं आ रहा, इसलिए यह साढ़े को आ गया नॉट इक्वल टू। नॉट इक्वल टू का यह वाला साढ़े को जो साइन होता है, मतलब जो कोई चीज़ आपस में बराबर नहीं हैगी उदो असी बराबर न इस तरह तिरछी रेखा ना कट दें। हम साढ़े को a1/a2 ≠ b1/b2, सूँ पता कि जो ये कंडीशन होंगी है तो साढ़े को हल कि होंगे एक, जड़िया लाइनस की होंगे साढ़े को इंटरसैक्ट, साढ़े को आदि काटवियाँ रेखावान, ठीक है। फिर कह रहे हैं ध्यान ना कि इन्होंने लाइन जो असं अगे बढ़ावे तो आपस में जाके कट्टनगियां, ग्राफ छोटा होने करके नहीं कट रही। थैंक यू।